ਨਮਸਕਾਰ ਖਬਰਾਂ ਤੋਂ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਤਰਨਜੀਤ ਕੌਰ ਪੇਸ਼ ਨਹੀਂ ਚੁਣੀਆਂ ਖਬਰਾਂ ਰਾਕੇ ਮੰਤਰੀ ਰਾਜਨਾਥ ਸਿੰਘ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕਿਤਾਬ ਦਾ ਆਰਕੀਟੈਕਟ ਆਫ ਦੀ ਨਿਊ ਬੀਜੇਪੀ ਜਾਰੀ ਕੇਂਦਰੀ ਸਿਹਤ ਮੰਤਰੀ ਡਾਕਟਰ ਮਨਸੂਖ ਮਾਣਵਿਆ ਨੇ ਦਵਾਈ ਨਿਰਮਾਤਾ ਸੰਤ ਨੂੰ ਮਿਆਰੀ ਦਵਾਈਆਂ ਬਣਾਉਣ ਅਤੇ ਵਿਸ਼ਵ ਬਾਜ਼ਾਰ ਵਿੱਚ ਉਹਨਾਂ ਦੀ ਪਹੁੰਚ ਵਧਾਉਣ ਲਈ ਕਿਹਾ ਪੰਜਾਬ ਸਰਕਾਰ ਵੱਲੋਂ ਲਾਲੂੜੂ ਵਿਖੇ ਉਤਰੀ ਭਾਰਤ ਵਿੱਚ ਆਪਣੀ ਕਿਸਮ ਦਾ ਪਹਿਲਾ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਟ੍ਰੇਨਿੰਗ ਇੰਸਟੀਚਿਊਟ ਸਥਾਪਿਤ ਕਰਨ ਦਾ ਫੈਸਲਾ ਕੌਮੀ ਖੇਡ ਦਿਵਸ ਮੌਕੇ ਦੇਸ਼ ਭਰ ਦੇ 26 ਸਕੂਲਾਂ ਵਿੱਚ ਚੈਂਪੀਅਨ ਨੂੰ ਮਿਲੋ ਪਹਿਲ ਦਾ ਆਯੋਜਨ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੇਡਾਂ ਵਤਨ ਪੰਜਾਬ ਦੀ ਸ਼ੁਰੂਆਤ ਦਾ ਐਲਾਨ ਇਹ ਹੁਣ ਖਬਰਾਂ ਇਸ ਥਾਨ ਨਾਲ ਨਵੀਂ ਦਿੱਲੀ ਵਿੱਚ ਸੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ ਦੇ ਉਪ ਸਭਾਪਤੀ ਹਰੀਵੰਸ਼ ਨਰਾਇਣ ਸਿੰਘ ਅਤੇ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ सिन्हा ਦੀ ਮੌਜੂਦਗੀ ਵਿੱਚ ਦਾ ਆਰਕੀਟੈਕਟ ਆਫ ਦੀ ਨਿਊ ਬੀਜਪੀ ਕਿਤਾਬ ਜਾਰੀ ਕੀਤੀ ਇਸ ਪ੍ਰੋਗਰਾਮ ਵਿੱਚ ਆਈਜੀਐਲਸੀਏ ਦੇ ਮੁਖੀ ਰਾਮ ਬਹਾਦਰ ਰਾਏ ਮਹੇਸ਼ ਰੰਗਰਾਜਨ ਅਤੇ ਸਚਦਾਨੰਦ ਜੋਸ਼ੀ ਵੀ ਹਾਜ਼ਰ ਸਨ ਇਸ ਕਿਤਾਬ ਦੇ ਲੇਖਕ ਉਹ ਗੇ ਪੱਤਰਕਾਰ ਅਜੀਤ ਸਿੰਘ ਨੇ ਇਸ ਮੌਕੇ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਇਹ ਕਿਤਾਬ ਪ੍ਰਧਾਨ ਮੰਤਰੀ ਮੋਦੀ ਦੇ ਸੰਗਠਨ ਕੌਸ਼ਲ ਨੂੰ ਬਿਆਨ ਕਰਦੀ ਹੈ। ਉਹਨਾਂ ਕਿਹਾ ਕਿ ਭਾਵੇਂ ਪ੍ਰਧਾਨ ਮੰਤਰੀ ਮੋਦੀ ਬਾਰੇ ਪਹਿਲਾਂ ਕਈ ਕਿਤਾਬਾਂ ਆਈਆਂ ਨੇ ਪਰ ਅਜੀਤ ਸਿੰਘ ਵੱਲੋਂ ਲਿਖੀ ਗਈ ਇਹ ਕਿਤਾਬ ਰਣਨੀਤਿਕ ਆਗ ਦੇ ਤੌਰ ਤੇ ਪ੍ਰਧਾਨ ਮੰਤਰੀ ਮੋਦੀ ਦੀ ਵਿਸ਼ੇਸ਼ਤਾ ਬਾਰੇ ਦੱਸਦੀ ਹੈ। ਉਹਨਾਂ ਕਿਹਾ ਕਿ ਇਹ ਕਿਤਾਬ ਮੋਦੀ ਦੇ ਜੀਵਨ ਤੇ ਹੀ ਨਹੀਂ ਬਲਕਿ ਉਹਨਾਂ ਦੇ ਅੰਦਰ ਆਮ ਜਨਤਾ ਨਾਲ ਜੁੜਨ ਦੀ ਜੋ ਇੱਕ ਬੇਮਿਸਾਲ ਸਮਰਥਾ ਹੈ ਉਸ ਬਾਰੇ ਲਿਖੀ ਗਈ ਹੈ। मुझे कोई आपत्ति नहीं है लेकिन जो पढ़ा है जितना मैं जानता हूं और विशेष रूप से यहां पर मैं चर्चा करूंगा कि उनके राजनीतिक जीवन का जो संगठनात्मक पक्ष है उसको इसमें काफी हाईलाइट भी किया गया जहां तक मोदी जी का प्रश्न है मोदी जी के संबंध में पिछले कुछ वर्षों में ए, कई दर्जने पुस्तक आई है वो तो देख लिया मैंने अपना आप देख लेता उनके व्यक्तित्व पर कुछ उनके करिश्मे पर, को, पर और कोई उनके अपराजी नेतृत्व पर और कोई उनके पारदर्शी गवर्नेंस पर और कुछ लेखकों ने उन्हें पिछले दो दशक की जबरदस्त पॉलिटिकल फेनामेनल मानकर उनका अध्ययन किया है ऐसी कई पुस्तकें आई हैं इन विषयों पर।, पर अजय सिंह जी की यह पहली और इकलौती किताब है जो उनके असाधारण सांगठनिक क्षमता और उनके नेतृत्व कौशल पर लिखी गई है और यह किताब मोदी जी के जीवन पर नहीं ਕੇਂਦਰੀ ਸਿਹਤ ਮੰਤਰੀ ਡਾਕਟਰ ਮਾਨਸੂਖ ਮਾੜਵਿਆ ਨੇ ਦਵਾਈ ਨਿਰਮਾਤਾ ਸੰਨਤ ਨੂੰ ਵਧੀਆ ਕਿਸਮ ਦੀਆਂ ਦਵਾਈਆਂ ਬਣਾਉਣ ਤੇ ਵਿਸ਼ਵ ਬਾਜ਼ਾਰ ਵਿੱਚ ਉਹਨਾਂ ਦੀ ਪਹੁੰਚ ਵਧਾਉਣ ਦੀ ਅਪੀਲ ਕੀਤੀ ਹੈ। ਨਵੀਂ ਦਿੱਲੀ ਵਿੱਚ ਰਾਸ਼ਟਰੀ ਦਵਾਈ ਮੁੱਲ ਨਿਰਧਾਰਨ ਅਥਾਰਟੀ ਦੇ ਸਿਲਵਰ ਜੁਬਲੀ ਸਮਾਰਕ ਨੂੰ ਸੰਬੋਧਨ ਕਰਦਿਆਂ ਡਾਕਟਰ ਮਾੜਵਿਆ ਨੇ ਕਿਹਾ ਕਿ ਮਿਆਰੀ ਦਵਾਈਆਂ ਉਪਲਬਧ ਕਰਾਉਣ ਨਾਲ ਦੁਨੀਆ ਵਿੱਚ ਭਾਰਤ ਦੀ ਸਾਖ ਵਧਿਏ। ਉਹਨਾਂ ਕਿਹਾ ਕਿ ਫਾਰਮਾ ਖੇਤਰ ਨੂੰ ਮਜ਼ਬੂਤ ਬਣਾਉਣ ਲਈ ਖੋਜ ਤੇ ਵਿਦੇ ਰੀ ਧਿਆਨ ਦੇਣ ਦੀ ਲੋੜ ਹੈ। ਡਾਕਟਰ ਮਾੜਵਿਆ ਨੇ ਕਿਹਾ ਕਿ ਮੋਦੀ ਸਰਕਾਰ ਗਰੀਬਾਂ ਤੇ ਕਿਸਾਨਾਂ ਦੀ ਹਿੱਤੈਸ਼ੀ ਹੋਣ ਦੇ ਨਾਲ ਨਾਲ ਸੰਨਤਾਂ ਦੇ ਲਈ ਵਧੀਆ ਮਾਹੌਲ ਮੁਹੱ ਭਾਰਤੀ ਸਿਹਤ ਖੇਤਰ ਨੇ ਦੁਨੀਆ ਵਿੱਚ ਜੋ ਸਾਖ ਬਣਾਈ ਹੈ ਉਸੇ ਕਾਰਨ ਦਵਾਈ ਉਤਪਾਦਕਾਂ ਦਾ ਨਿਰਯਾਤ ਵੀ ਵਧਿਆ ਹੈ ਸਿਹਤ ਮੰਤਰੀ ਨੇ ਦੱਸਿਆ ਕਿ ਦੇਸ਼ ਵਿੱਚ ਮੌਜੂਦਾ 8500 ਤੋਂ ਵੱਧ ਜਨ ਔਸ਼ਧੀ ਕੇਂਦਰ ਕੰਮ ਕਰ ਰਹੇ ਨੇ ਜੋ ਵਧੀਆ ਮਿਆਰ ਦੀਆਂ ਦਵਾਈਆਂ ਵਾਜਬ ਦਰਾਂ ਤੇ ਮੁਹੱਈਆ ਕਰਵਾ ਰਹੇ ਨੇ ਇਸ ਮੌਕੇ ਤੇ ਡਾਕਟਰ ਮਾਂਡਵਿਆ ਨੇ ਦਵਾਈ ਮੁੱਲ ਨਿਯੰਤਰਣਾ ਐਕਟ 2013 ਦੇ ਤਹਿਤ ਵਕਫ ਵਕਸ ਸਹੂਲਤਾਂ ਨੂੰ ਇੱਕ ਹੀ ਖਿੜਕੀ ਤੇ ਮੁਹੱਈਆ ਕਰਾਉਣ ਲਈ ਸੰਗਠਿਤ ਫਾਰਮਾਸਿਊਟੀਕਲ ਡਾਟਾਬੇਸ ਮੈਨੇਜਮੈਂਟ ਸਿਸਟਮ ਦੀ ਸ਼ੁਰੂਆਤ ਵੀ ਕੀਤੀ सीलिंग होती है तो ऑटोमेटिक वो मेडिसिन एफोर्डेबल हो जाती है और जब वो एफोर्डेबल हो जाती है तब वो एक्सेसेबल हो जाती है हमें जेनरिक मेडिसिन को प्रोत्साहित करना है इंडस्ट्रीज को प्रोत्साहित करना है देश में रिसर्च और इनोवेशन पर बल देना है हमें क्वालिटी मेडिसिन मैन्युफैक्चर हो उस दिशा में उस दिशा में प्रयास करना है केंद्रीय व्यापार नीति सन्नत मंत्री पीयूष गोयल ने कहा कि एक जिला एक उत्पाद प्रोग्राम विकास दे भाई वालों ते लाभ रही पूरे देश ना जुड़िया होया है उन्होंने कहा कि इस प्रोग्राम का मंतव विकास का फायदा सब ना तक पहुंचाना है ਸਨਤ ਮੰਤਰੀ ਅਜ ਨਵੀਂ ਦਿੱਲੀ ਵਿੱਚ ਸਰਕਾਰੀ ਈ-ਬਜ਼ਾਰਾਂ ਉੱਪਰ ਗਿਫਟ ਕੈਟਾਲਾਗ ਅਤੇ ਸਟੋਰਫਰੰਟ ਦਾ ਉਦਘਾਟਨ ਕਰਨ ਮਗਰੋਂ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਦੇਸ਼ ਤੇ ਹਰੇਕ ਜ਼ਿਲ੍ਹੇ ਦੀ ਸਮਰਥਾਏ ਜੋ ਦੁਨੀਆ ਭਰ ਦੇ ਦੇਸ਼ਾਂ ਦੇ ਬਰਾਬਰ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਇੱਕ ਜ਼ਿਲ੍ਹਾ ਇਕ ਉਤਪਾਦ ਪ੍ਰੋਗਰਾਮ ਦੀ ਸਫਲਤਾ ਨੂੰ ਦੇਖ ਕੇ ਹੁਣਾਂ ਰਾਜਾਂ ਨੂੰ ਵੀ ਸ਼ਾਮਲ ਹੋਵੇਗਾ। ਪਿਊਸ਼ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਜ਼ਿਲ੍ਹਾ ਇਕ ਉਤਪਾਦ ਨੂੰ ਕੌਮੀ ਅੰਦੋਲਨ ਬਣਾ ਦਿੱਤਾ ਹੈ। ਕਈ ਦਹਾਕਿਆਂ ਤੱਕ ਵਿਕਾਸ ਦਾ ਲਾਭ ਕੁਝ ਹੀ ਲੋਕਾਂ ਤੇ ਰਾਜਾਂ ਤੱਕ ਸੀਮਿਤ ਸੀ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਅੰਮ੍ਰਿਤਕਾਲ ਦੀ ਪਹਿਲੀ 11 ਮਹੀਨਿਆਂ ਵਿੱਚ ਇੱਕ ਜ਼ਿਲ੍ਹਾਇਕ ਉਤਪਾਦ ਤੋਹਫ਼ੇ ਵਜੋਂ ਦੇਣ ਲਈ ਇੱਕ ਬਦਲ ਹੋ ਸਕਦਾ ਹੈ। Reliance ਨੇ ਦੇਸ਼ ਭਰ ਵਿੱਚ 5G ਸੇਵਾਵਾਂ ਲਾਂਚ ਕਰਨ ਦਾ ਐਲਾਨ ਕੀਤਾ ਹੈ Reliance ਨੇ ਕਿਹਾ ਕਿ ਉਹ ਭਾਰਤ ਨੂੰ ਦੁਨੀਆ ਦੀ ਡਾਟਾ ਪਾਵਰ ਇਕਨੋਮੀ ਬਣਾਉਣ ਲਈ ਵਚਨਬੱਧ ਹੈ 5G ਸੇਵਾਵਾਂ ਲਈ 2 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਗਿਆ ਹੈ ਇਹ ਸੇਵਾਵਾਂ ਦਿਵਾਲੀ ਤੋਂ ਦਿੱਲੀ ਮੁੰਬਈ ਕੋਲਕਾਤਾ ਤੇ ਚੇਨਈ ਵਿੱਚ ਸ਼ੁਰੂ ਹੋਣਗੀਆਂ ਅਤੇ ਦਸੰਬਰ 2023 ਤੋਂ ਦੇਸ਼ ਭਰ ਵਿੱਚ ਸੇਵਾਵਾਂ ਸ਼ੁਰੂ ਕੀਤੀ ਜਾਣ ਦੀ ਯੋਜਨਾ ਹੈ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਲਾਲੜੂ ਵਿਖੇ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਟ੍ਰੇਨਿੰਗ ਇੰਸਟੀਚਿਊਟ ਸਥਾਪਿਤ ਕਰਨ ਦਾ ਸਲਾਕੀ ਤੱਕ ਯਈ ਇਹ ਉਤਰੀ ਪਾਰਤਵ ਵਿੱਚ ਆਪਣੀ ਕਿਸਮ ਦਾ ਪਹਿਲਾ ਇੰਸਟੀਚਿਊਟ ਹੋਵੇਗਾ ਇਸ ਵਿੱਚ ਨੌਜਵਾਨਾਂ ਨੂੰ ਅੱਗ ਨਾਲ ਵਾਪਰਨ ਵਾਲੀਆਂ ਘਟਨਾਵਾਂ ਨਾਲ ਨਜਿੱਠਣ ਲਈ ਨਵੀਨਤਮ ਤਰੀਕਿਆਂ ਦੀ ਸਿੱਖਿਆ ਦਿੱਤੀ ਜਾਵੇਗੀ ਇਸ ਬੰਦੀ ਜਾਣਕਾਰੀ ਦਿੰਦੇ ਹਾਂ ਸਥਾਨਕ ਸਰਕਾਰਾਂ ਬਾਰੇ ਮੰਤਰੀ 인ਦਰਵੀਰ ਸਿੰਘ ਨਿੱਜ ਨੇ ਦੱਸਿਆ ਕਿ ਤਕਰੀਬਨ 20 ਏਕੜ ਰਕਮੇ ਵਿੱਚ ਬਣਨ ਵਾਲਾ ਇਹ ਇੰਸਟੀਚਿਊਟ ਪਾਰ ਸਰਕਾਰ ਤੋਂ ਮਾਨਤਾ ਪ੍ਰਾਪਤ ਹੋਵੇਗਾ ਅਤੇ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਵਿਭਾਗ ਦੇ ਅਧੀਨ ਹੋਵੇਗਾ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿਸ਼ੇਸ਼ ਨੁਮਾਇੰਦੇ ਮਹੇਸ਼ ਕੁਮਾਰ ਸਿੰਘਲਾ ਨੇ ਅੱਜ ਫਾਜ਼ਿਲਕਾ ਜ਼ਿਲ੍ਹੇ ਦਾ ਦੌਰਾ ਕੀਤਾ ਤੇ ਜਲ ਸੋਮਿਆਂ ਦੇ ਪ੍ਰਦੂਸ਼ਣ ਸੰਬੰਧੀ ਸਥਾਨਕ ਹਾਲਾਤਾਂ ਦਾ ਜਾਇਜ਼ਾ ਲਿਆ। ਉਨਾ ਜਲ ਸੋਮਿਆਂ ਨਾਲ ਜੁੜੇ ਮਹਿਕਮਿਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜ਼ਿਲ੍ਹੇ ਵਿੱਚ ਸਾਫ਼ ਪਾਣੀ ਅਤੇ ਪਾਣੀ ਦੀ ਸੰਭਾਲ ਬਾਰੇ ਕੀਤੇ ਜਾ ਰਹੇ ਉਪਰਾਲਾਂ ਦੀ ਜਾਣਕਾਰੀ ਵੀ ਲਈ ਇਸ ਮੌਕੇ ਸਿੰਘਲਾ ਨੇ ਕਿਹਾ ਕਿ ਉਹ ਸਥਾਨਕ ਹਾਲਾਤਾਂ ਦਾ ਅਧਿਐਨ ਕਰਨ ਲਈ ਆਏ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹੇ ਵਿੱਚ ਕੀਤੇ ਜਾ ਰਹੇ ਉਪਰਾਲਾਂ ਦੀ ਜਾਣਕਾਰੀ ਦਿੰਦੇ ਦੱਸਿਆ ਕਿ 15ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਰਾਹੀਂ ਪਿੰਡਾਂ ਵਿੱਚ ਖਰਾਬ ਪਏ ਆਰਓ ਅਤੇ ਵਾਟਰ ਵਰਕਸ ਨੂੰ ਦੁਰਸਤ ਕਰਵਾਇਆ ਜਾ ਰਿਹਾ ਹੈ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਵਸ ਮੌਕੇ ਅੱਜ ਦੇਸ਼ ਪਾਰ ਵਿੱਚ ਕੌਮੀ ਖੇਡ ਦਿਹਾੜਾ ਮਨਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੇਜਰ ਧਿਆਨ ਚੰਦ ਨੂੰ ਉਨ੍ਹਾਂ ਦੇ ਜਨਮ ਦਿਵਸ ਮੌਕੇ ਸ਼ਰਧਾਂਜਲੀ ਪੇਟ ਕਰਦਿਆਂ ਰਾਸ਼ਟਰੀ ਖੇਡ ਦਿਹਾੜੇ ਲਈ ਵਿਧਾਈ ਦਿੱਤੀ। ਉਨ੍ਹਾਂ ਕਿਹਾ ਕਿ ਹਾਲੀ ਦੇ ਸਾਲ ਖੇਡਾਂ ਲਈ ਬੜੇ ਮਹੱਤਵਪੂਰਨ ਰਹੇ ਨੇ। ਪਰਮਾਤਮਾ ਕਰੇ ਇਸੇ ਤਰ੍ਹਾਂ ਜਾਰੀ ਰਹੀ ਤੇ ਭਾਰਤ ਵਿੱਚ ਖੇਡਾਂ ਹੋਰ ਹਰਮਨ ਪਿਆਰੀਆਂ ਹੋਣ। राष्ट्रीय खेल दिवस मौके ते आज देश भर कई प्रोग्राम आयोजित किए गए इसे कड़ी विच आज केंद्रीय खेल और युवा मामले बारे मंत्री अनुराग सिंह ठाकुर केन्द्रीय सिक्ख्या धर्मेंद्र प्रधान खेड राज्य मंत्री निश्चित प्रमाणिक ने कुछ स्पोर्ट्स से नाली खास वर्चुअल गलबात हिस्सा लिया ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਮੁੱਕੇਬਾਜ਼ ਜਨਕਤ ਜ਼ਰੀਨ ਤੋਂ ਉਹਨਾਂ ਦੀ ਫਿਟਨੈਸ ਦੇ ਰਾਜ ਪੁੱਛੇ ਇਸ ਬਾਰੇ ਨਖਸ ਜ਼ਰੀਨ ਨੇ ਕਿਹਾ ਕਿ ਫਿਟਨੈਸ ਦੇ ਮਾਮਲੇ ਵਿੱਚ ਮਾਈਕ ਟੈਕਸਨ ਅਤੇ ਐਮਸੀ ਮੈਰੀਕਮ ਉਹਨਾਂ ਦੇ ਆਦਰਸ਼ ਨਹੀਂ ਕੇਂਦਰੀ ਕੇਡ ਮੰਤਰੀ ਅਨਰਾਗ ਸਿੰਘ ਠਾਕੁਰ ਨੇ ਸੰਗਾਮ ਸਿੰਘ ਨੂੰ ਪੁੱਛਿਆ ਕਿ ਬੱਚਿਆਂ ਨੂੰ ਖੇਡਾਂ ਨਾਲ ਕਿਵੇਂ ਜੋੜਿਆ ਜਾਵੇ ਪਟਿਆਲਾ ਵਿੱਚ ਸਥਿਤ ਸਪੋਰਟਸ ਅਥਾਰਟੀ ਆਫ ਇੰਡੀਆ ਇੰਸਟੀਚਿਊਟ ਵਿੱਚ ਕੌਮੀ ਖੇਡ ਦਿਹਾੜਾ ਧੂਮ-ਤਾਮ ਨਾਲ ਮਨਾਇਆ ਗਿਆ ਜਿਸ ਵਿੱਚ ਸਪੋਰਟਸ ਅਥਾਰਟੀ ਆਫ ਇੰਡੀਆ ਵਿੱਚ ਸਿਖਲਾਈ ਲੈ ਰਹੇ ਕਾਮਨਵੈਲਥ ਤੇ 올림픽 ਦੇ ਜੇਤੂ ਖਿਡਾਰੀਆਂ ਤੋਂ ਇਲਾਵਾ ਕੋਚਾਂ ਤੇ ਅਧਿਕਾਰੀਆਂ ਨੇ ਵੱਖ-ਵੱਖ ਖੇਡਾਂ ਖੇਡ ਕੇ ਮੇਜਰ ਧਿਆਨ ਚੱਕ ਨੂੰ ਸ਼ਰਧਾਂਜਲੀ ਭੇਟ ਕੀਤੀ ਖੇਡਾਂ ਦੀ ਸ਼ੁਰੂਆਤ ਤਲਕਸਰ ਹਾਕੀ ਤੋਂ ਹੋਈ ਤੇ ਜੇਤੂ ਟੀਮ ਨੂੰ ਇੰਸਟੀਚਿਊਟ ਦੇ ਐਗਜ਼ੀਕਿਊਟਿਵ ਡਾਇਰੈਕਟਰ ਕਰਨ ਰਾਜ ਸਿੰਘ ਬਿਸ਼ਨੋਈ ਨੇ ਇਨਾਮ ਵੰਡੇ इस मौके कर्नल बिश्नोई ने कहा कि आज के दिन फिट इंडिया मुहिम के टीचे तहत पूरा स्टाफ बच्चे खेडा विच हिस्सा ले रहे ने उन्होंने कहा कि पूरे देश विच फिट इंडिया दी भावना ते वेगी विच खेडा प्रति उत्साह पैदा होगा मिशन है हमारा फिट इंडिया और देश के लिए मेडल लाना जितने भी हमारे एथलीट्स हैं जो नेशनल कैंप्स में हैं नेशनल सेंटर ऑफ एक्सीलेंस में हैं एसटीसी में हैं और हमारे आसपास जो हमारे स्कूलों से एथलीट्स जुड़े हुए हैं उन सबको हमने आज यहाँ पे बुलाया है और बहुत सारे गेम्स यहाँ पे ऑर्गेनाइज किए हैं आशा करते हैं कि इस के साथ में खेल भावना बढ़ेगी खेलों की तरफ जागरूकता बढ़ेगी और एक फिट इंडिया का मैसेज जाएगा वेट लिफ्टिंग ਦੇ ਕੋਚ ਪ੍ਰਮੋਦ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਕਰੋਨਾ ਦੇ ਔਖੇ ਸਮੇਂ ਪ੍ਰੈਕਟਿਸ ਦੇ ਬਾਵਜੂਦ weight lifting ਦੇ ਖਿਡਾਰੀ ਮੀਰਾਬਾਈ ਚਾਨੂ ਅਤੇ ਹੁਣ 10 weight lifting ਦੇ ਖਿਡਾਰੀਆਂ ਨੇ ਬਰਮਿੰਗਮ ਕਾਮਨਵੈਲਥ ਖੇਡਾਂ ਵਿੱਚ ਸਖਤ ਮਿਹਨਤ ਕਰਕੇ ਦੇਸ਼ ਨੂੰ 10 ਮੈਡਲ ਦਿੱਤੇ ਨੇ ਤੇ ਹੁਣ ਉਹਨਾਂ ਦਾ ਟੀਚਾ 2024 ਪੈਰਿਸ 올림픽ਸ ਅਤੇ ਏਸ਼ੀਅਨ ਗੇਮਸ ਵਿੱਚ ਜ਼ਿਆਦਾ ਤੋਂ ਜ਼ਿਆਦਾ ਮੈਡਲ ਹਾਸਲ ਕਰਨ ਦਾ ਹੈ। weight lifting ਦੇ ਖਿਡਾਰੀਆਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਹਾਂ ਜੋ ہمارے पुराने जो मेडलिस्ट हैं जैसे मीरा भाई चानू ओलंपिक में मेडल लाई हमारा टोक्यो ओलंपिक में अभी जो हमारे बर्मिंगहम ओलंपिक ये कॉमनवेल्थ गेम्स 2022 में जो 10 मेडलिस्ट लाए उनको मेरी तरफ से बहुत बहुत शुभकामनाएं आने वाले टाइम में मैं वेट लिफ्टिंग से उम्मीद करता हूँ कि बहुत अच्छा जो ट्वेंटी फोर पेरिस ओलंपिक है और जो आने वाला नेक्स्ट एशियन गेम्स है उसमें हम ज़्यादा से ज़्यादा पदक प्राप्त करने की कोशिश करेंगे ਇਸ ਦੌਰਾਨ ਯੁਵਾ ਮਾਮਲੀਅਤੇ ਖੇਡ ਮੰਤਰਾਲੇ ਵੱਲੋਂ ਇਸ ਮੌਕੇ ਦੇਸ਼ ਭਰ ਦੇ 26 ਸਕੂਲਾਂ ਵਿੱਚ ਚੈਂਪੀਅਨ ਨੂੰ ਮਿਲੋ ਪਹਿਲ ਦਾ ਆਯੋਜਨ ਕੀਤਾ ਗਿਆ ਕਾਮਨਵੈਲਥ ਗੇਮਸ ਅਤੇ ਵਿਸ਼ਵ ਚੈਂਪੀਅਨਸ ਔਨਤਮ ਘਾਜੇਤੂ ਨਿਖਤ ਜ਼ਰੀਨ ਪੈਰਾਪਲੀੰਪਿਕਸ ਅਤੇ ਰਾਸ਼ਟਰੀ ਮੰਡਲ ਖੇਡਾਂ ਦੇ ਜੇਤੂ ਭਾਵਿਨਾ ਪਟੇਲ ਟੋਕੀਓ 올림픽 ਅਤੇ ਰਾਸ਼ਟਰੀ ਮੰਡਲ ਖੇਡਾਂ ਦੇ ਜੇਤੂ ਮਨਪ੍ਰਤ ਸਿੰਘ ਵਰਗੇ ਕੁਝ ਮੁੱਖ ਐਥਲੀਟ ਇਸ ਪੈਲ ਦਾ ਹਿੱਸਾ ਨੇ ਚੈਂਪੀਅਨ ਨੂੰ ਮਿਲੋ ਇੱਕ ਵਿਲੱਖਣ ਮੁਹਿੰਮੇ ਜਿਸ ਨੂੰ ਪਿਛਲੇ ਸਾਲ ਦਸੰਬਰ ਵਿੱਚ 올림픽 ਸੋਨ ਤਗਮਾ ਜੇਤੂ ਨੀਰਜ ਚੋਪੜਾ ਨੇ ਸ਼ੁਰੂ ਕੀਤਾ ਸੀ ਸਕੂਲ ਦੇ ਦੌਰੇ ਦੌਰਾਨ ਚੈਂਪੀਅਨ ਐਥਲੀਟ ਆਪਣੇ ਤਜਰਬੇ ਜ਼ਿੰਦਗੀ ਸੰਬੰਧੀ ਜਾਣਕਾਰੀ ਅਤੇ ਸਹੀ ਖਾਣ-ਪੀਣ ਦੇ ਨੁਕਤੇ ਸਾਂਝੇ ਕਰਨ ਤੋਂ ਇਲਾਵਾ ਸਕੂਲੀ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਕੌਮੀ ਖੇਡ ਦਿਵਸ ਮੌਕੇ ਪਾਰ ਸਰਕਾਰ ਦੇ ਖੇਡ ਅਤੇ ਯੁਵਾ ਮਾਮਲਿਆਂ ਮੰਤਰਾਲਾ ਵੱਲੋਂ ਸ਼ੁਰੂ ਕੀਤੇ ਗਏ ਮੀਟ ਦਾ ਚੈਂਪੀਅਨ ਪ੍ਰੋਗਰਾਮ ਤਹਿਤ ਅੱਜ ਜਲੰਧ ਦੇ ਮੈਰਾਟੌਨ ਸਥਿਤ ਏਪੀਜੀ ਸਕੂਲ ਵਿੱਚ ਵਿਦਿਆਰਥੀਆਂ ਨਾਲ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੀ ਮਿਲਣੀ ਕਰਵਾਈ ਗਈ। ਮੀਟ ਦਾ ਚੈਂਪੀਅਨ ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ਤੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਸਿੰਘ ਨੇ ਸੰਤੁਲਿਤ ਖੁਰਾਕ ਬਾਰੇ ਚਰਚਾ ਕੀਤੀ। ਉਨਾ ਦੱਸਿਆ ਕਿ ਕਿਵੇਂ ਸਰੀਰਕ ਤੰਦਰੁਸਤੀ ਦੇ ਨਾਲ ਨਾਲ ਮਾਨਸਿਕ ਤੰਦਰੁਸਤੀ ਵੀ ਬੇਹੱਦ ਜ਼ਰੂਰੀ ਹੈ ਖੇਡਾਂ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਮਨਪ੍ਰੀਤ ਸਿੰਘ ਨੇ ਕਿਹਾ ਕਿ ਖੇਡਾਂ ਨਾਲ ਸਾਡਾ ਮਾਨਸਿਕ ਤੇ ਸਰੀਰਕ ਦੋਵਾਂ ਦਾ ਵਿਕਾਸ ਹੁੰਦਾ ਹੈ ਮਨਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਆਪਣੇ ਸੰਘਰਸ਼ਾਂ ਤੋਂ ਇਲਾਵਾ ਕੁਝ ਹਲਕੀਆਂ ਫੁਲਕੀਆਂ ਰੋਮਾਂਚਕ ਗੱਲਾਂ ਵੀ ਸਾਂਝੀਆਂ ਕੀਤੀਆਂ ਤੋਂ ਇੱਕ ਜਜ਼ਬਾ ਥਾ ਮੇਰੇ ਮਨ ਮੈਂ ਅਤੇ ਜੈਸੇ ਕਿ ਮੈਂ ਮਠਾਪੁਰ ਸੇ ਆਇਆ ਹਾਂ तो मिठापुर में हॉकी काफ़ी फेमस है अगर कोई जानता होगा अगर मिठापुर जाते हो तो वहाँ पे पुराने प्लेयर हैं जैसे प्रगट सिंह हैं और भी काफ़ी प्लेयर हैं जो कि वहाँ से निकले हुए हैं तो हमें उनके मुझे था कि उनके जैसा बनना है कि एटलीस्ट मैं जब भी वापस गांव में आऊँ तो लोग मुझे जाने कि हाँ कि मनप्रीत सिंह आया है तो वो एक जज्बा था मन में तो उसके लिए बहुत मेहनत करनी पड़ी मुझे तो मैं इसलिए आप सबको बताना चाहता हूँ कि आपको अभी से पता होना चाहिए कि जब भी आपको बहुत ज्यादा टफ डे होता है जब आप बहुत ज्यादा वर्क कर लेते हो ज्यादा रनिंग हो जाती है या कुछ करते हो उसके बाद आपको अच्छी हेल्थी डाइट बहुत ज्यादा जरूरी है ਅੱਜ ਇਸ ਪ੍ਰੋਗਰਾਮ ਦੌਰਾਨ ਇੱਕ ਕੁਇਜ਼ ਸੈਸ਼ਨ ਵੀ ਕਰਵਾਇਆ ਗਿਆ ਓਪਨ ਹਾਊਸ ਮੀਟਿੰਗ ਵਿੱਚ ਵਿਦਿਆਰਥੀਆਂ ਨੂੰ ਮਨਪ੍ਰਤ ਸਿੰਘ પાસે ਸਵਾਲ ਪੁੱਛਣ ਦਾ ਮੌਕਾ ਮਿਲਿਆ ਜਿਸ ਦੌਰਾਨ ਵਿਦਿਆਰਥੀ ਕਾਫੀ ਉਤਸੁਕ ਨਜ਼ਰ ਆਏ ਐਪੀਜੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਸਕੂਲ ਦੇ ਪ੍ਰਿੰਸੀਪਲ ਮਲਕੀਤ ਸਿੰਘ ਨੇ ਅੱਜ ਦੇ ਰੋਮਾਂਚਿਕ ਪ੍ਰੋਗਰਾਮ ਲਈ ਮਨਪ੍ਰਤ ਸਿੰਘ ਦਾ ਧੰਨਵਾਦ ਕੀਤਾ ਉਨ੍ਹਾਂ ਮੀਰਦਸ ਚੈਂਪੀਅਨ ਪ੍ਰੋਗਰਾਮ ਨੂੰ ਕੇਂਦਰ ਸਰਕਾਰ ਦੇ ਇੱਕ ਬਹੁਤ ਵਧੀਆ ਉਤਪਾਲਾ ਦੱਸਿਆ ਜਿਸ ਨਾਲ ਵਿਦਿਆਰਥੀਆਂ ਦੀ ਖੇਡਾਂ ਵਿੱਚ ਰੁਚੀ ਵਧੇਗੀ ਕਾਮਿਕਰ ਦਿਵਸ ਮੌਕੇ ਹਜਮਰੀ ਸਰ ਵਿਛਲੇ ਮਾਡਰਨ ਜਗਤ ਜਯੋਤੀ ਸੀਨੀਅਰ ਸੈਂਟਰੀ ਸਕੂਲ ਵਿੱਚ 올림픽 ਵਿਜੇਤਾ ਨੂੰ ਮਿਲਣ ਵਾਸਤੇ ਇੱਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ ਇਸ ਮੌਕੇ 400 ਤੋਂ ਵੱਧ ਵਿਦਿਆਰਥੀ ਮੌਜੂਦ ਸਨ ਪਾਵਰ ਲਿਫਟਿੰਗ ਵਿੱਚ ਭਾਰਤੀ 올림픽 ਵਿਜੇਤਾ ਮਨਪ੍ਰਿਤ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਵਿੱਚ ਸ਼ਾਮਲ ਹੋਏ ਉਨ੍ਹਾਂ ਨੇ ਬੱਚਿਆਂ ਨੂੰ ਸੰਤੁਲਿਤ ਪੋਸ਼ਣ ਅਤੇ ਤੰਦਰੁਸਤ ਰਹਿਣ ਦੇ ਨਿਯਮਾਂ ਤੋਂ ਜਾਣੂ ਕਰਵਾਇਆ ਤੇ ਉਨ੍ਹਾਂ ਨੂੰ ਜੀਵਨ ਵਿੱਚ ਸਫਲਤਾ ਹਾਸਲ ਕਰਨ ਵਾਸਤੇ ਪ੍ਰੇਰਿਤ ਕੀਤਾ ਪ੍ਰਿੰਸੀਪਲ ਸੁਮਿਤਪੂਰੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨ ਕਰਨ ਨਾਲ ਬੱਚਿਆਂ ਵਿੱਚ ਅੱਗੇ ਵਧਣ ਦੀ ਭਾਵਨਾ ਪੈਦਾ ਹੁੰਦੀ ਹੈ ਤੇ ਉਹ ਆਪਣੀ ਭੂਿਕ ਪ੍ਰਤੀ ਵੀ ਜਾਗਰੂਕ ਹੁੰਦੇ ਨੇ ਇਸ ਰਣ ਅਜਕੇਰ ਦਿਵਸ ਦੇ ਮੌਕੇ ਤੇ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਪਹਿਲੀਆਂ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਅੱਜ ਜਲੰਧਰ ਵਿੱਚ ਹੋਈ ਮੁੱਖ ਮੰਤਰੀ ਭਗਵੰਤ ਮਾਨ ਨੇ ਨਾਖੇੜੰਦਾ ਰਸਮੀ ਉਦਘਾਟਨ ਕੀਤਾ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡਾਂ ਵਿੱਚ ਤਮਗੇ ਜਿੱਤਣ ਵਾਲੇ ਉੱਗੇ ਖਿਡਾਰੀ ਸਟੇਡੀਅਮ ਵਿੱਚ ਮਸ਼ਾਲ ਲੈ ਕੇ ਪਹੁੰਚੇ ਜੁੱਡੋ ਖਿਡਾਰੀ ਨਵਨੀਤ ਕੌਰ ਨੇ ਸੱਚੀ ਸੁੱਚੀ ਭਾਵਨਾ ਨਾਲ ਖੇਡਾਂ ਵਿੱਚ ਹਿੱਸਾ ਲੈਣ ਲਈ ਖਿਡਾਰੀਆਂ ਨੂੰ ਸੌਂ ਚੁਕਾਈ ਸਕੂਲੀ ਬੱਚਿਆਂ ਨੇ ਪੀਟੀਈ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜ਼ਿਕਰ ਹੋਇਆ ਕਿ ਤਕਰੀਬਨ 2 ਮਹੀਨੇ ਚੱਲਣ ਵਾਲੇ ਖੇਡ ਮਹਾਕੁੰਵ ਵਿੱਚ 5 ਲੱਖ ਤੋਂ ਵੱਧ ਖਿਡਾਰੀ ਹਿੱਸਾ ਲੈਣਗੇ ਅਤੇ ਜੇਤੂਆਂ ਨੂੰ ਨਕਦ ਰੂਪੇ ਦੇ ਇਨਾਮ ਦਿੱਤੇ ਜਾਣਗੇ ਇਨ੍ਹਾਂ ਖੇਡਾਂ ਦੇ ਜੇਤੂ ਖਿਡਾਰੀ ਸਰਕਾਰੀ ਸੁਰੱਖਿਆ ਨੀਤੀ ਵਿੱਚ ਕਵਰ ਕੀਤੇ ਜਾਣਗੇ ਇਸ ਮੌਕੇ ਦੇ ਮੁੱਖ ਮੰਤਰੀ ਨੇ 31 ਅਗਸਤ ਨੂੰ ਜਲੰਧਰ ਦੇ ਸਾਰੇ ਵਿਦਿਅਕਦਾਰੀਆਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ ਪਾਰ티 ਕ੍ਰਾਕ ਨਿਗਮ ਵੱਲੋਂ ਕਟੋਕਾਰ ਸਮਰਥਨ ਮਿਲਦੇ ਕਿਸਾਨਾ ਤੋਂ ਖਰੀਦੀ ਜਾਣ ਵਾਲੀ ਕਣਕ ਅਤੇ ਝੋਨੇ ਨੂੰ ਤਰਨਤਾਰ ਦਿਲ ਦੇ ਕਸਬਾ ਪੱਟੀ ਵਿਖੇ ਗਲੋਬਸ ਵੇਅਰ ਹਾਊਸ ਵਿੱਚ ਰੱਖਿਆ ਜਾਂਦਾ ਹੈ ਇਸ ਨਾਸ਼ਨਲ ਲੋਨ ਮੁਤਾਬਿਕ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਭੇਜਿਆ ਜਾਂਦਾ ਹੈ ਭਾਰਤੀ ਖੁਰਾਕ ਨਿਗਮ ਦੇ ਏਜੀਐਮ ਸਰਵੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਸਪੇਅਰ ਹਾਊਸ ਵਿੱਚ 245000 ਮੀਟ੍ਰਿਕ ਟਨ ਕਣਕ ਪੰਡਾਰ ਕਰਨ ਦੀ ਸਮਰੱਥਾ ਹੈ ਅਤੇ ਸਵੈਚਾਲਨ ਸੰਚਾਲਨ ਕਰਕੇ ਨਾਸ਼ਦੀ ਸਿਲ ਅਤੇ ਉਸ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਤਕਨੀਕੀ ਵਿਵਸਥਾ ਮੌਜੂਦ ਹੈ ਏਜੀਐਮ ਨੇ ਦੱਸਿਆ ਕਿ ਕਰੋਨਾ ਕਾਲ ਦੌਰਾਨ ਪਾਲ ਸਰਕਾਰ ਦੇ ਨਿਰਦੇਸ਼ਾਂ ਤੇ ਐਫਸੀਆਈ ਵੱਲੋਂ ਜ਼ਿਲ੍ਹੇ ਦੇ 80000 ਪਰਿਵਾਰਾਂ ਨੂੰ ਮੁਫਤ ਵਿੱਚ ਕਣਕ ਚਾਵਲ ਅਤੇ ਦਾਲ ਦੀ ਸਪਲਾਈ ਕੀਤੀ ਗਈ ਹੈ निगम ਦੇ ਕੁਆਲਿਟੀ ਕੰਟਰੋਲ ਮੈਨੇਜਰ ਸਿਲਵਿੰਦਰ ਕੁਮਾਰ ਅਤੇ ਡੀਪੂ ਮੈਨੇਜਰ ਗੁਰਚਰਨ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੇ ਖੇਤਾਂ ਤੋਂ ਐਫਸੀਆਈ ਰੈਂਕ ਖਰੀਦੀ ਕਣਕ ਦੇ ਸਿੱਧੇ ਸਾਈਲੋਸ ਡੀਪੂਆਂ ਵਿੱਚੋਂ ਭੰਡਾਰ ਕਰਨ ਨਾਲ ਨਿਗਮ ਅਤੇ ਕਿਸਾਨ ਦੋਹਾਂ ਨੂੰ ਫਾਇਦਾ ਪਹੁੰਚਦਾ ਹੈ। ਖਬਰਾਂ ਦੇ ਬੁਲੇਟਿਨ ਸਾਡੀ ਦਰਸ਼ਕ आरएनयू ਡੀਡੀਕੇ ਜਲੰਧ ਦੇ YouTube ਚੈਨਲ Facebook ਪੇਜ ਅਤੇ Twitter ਹੈਂਡਲ ਤੇ ਵੀ ਵੇਖ ਸਕਦੇ ਨੇ। ਦੀਸ ਨਾਲ ਹੀ ਖਬਰਾਂ ਦੇ ਬੁਲੇਟਿਨ ਖਤਮ ਹੋਇਆ ਹੈ ਇਜਾਜ਼ਤ ਦਿਓ ਨਮਸਕਾਰ।